ਉਦੋਂ ਬਰਨਾਲਾ ਸਾਹਿਬ ਨੂੰ ਪਾਰਟੀ ਨਾ ਤੋੜਨ ਕਰਕੇ ਫਿਰ ਇਹ ਸਜ਼ਾ ਲਾਈ ਸੀ, ਇਹਨਾਂ ਨੂੰ ਬੰਨ ਲਿਆ ਉੱਥੇ। ਹਾਂਜੀ, ਮੈਂ ਬਹੁਤ ਮੈਂ ਨਾਲ, ਕਿਉਂਕਿ ਮੈਂ ਉਦੋਂ ਉਹਨਾਂ ਦੀ ਬਰਨਾਲਾ ਸਾਹਿਬ ਦੀ ਸਿਕਿਉਰਿਟੀ ਦੇਖਿਆ ਕਰਦਾ ਸੀ। ਉਸ ਦਿਨ ਜਦ ਅਸੀਂ ਅਕਾਲ ਤਖ਼ਤ ਸਾਹਿਬ 'ਤੇ ਜਾ ਰਹੇ ਸੀ, ਸਾਨੂੰ ਨਹੀਂ ਸੀ ਪਤਾ ਵੀ ਅੰਦਰ ਜਾ ਕੇ ਬੀਂਗ ਸਨ, ਮੈਨੂੰ ਨਹੀਂ ਸੀ ਪਤਾ ਵੀ ਅੰਦਰ ਜਾ ਕੇ ਕੀ ਹੋਊਗਾ ਫੈਸਲਾ, ਕੀ ਨਹੀਂ ਹੋਊਗਾ। ਅੰਦਰ ਜਾ ਕੇ ਪਰਿਕਰਮਾ ਕਰਕੇ ਜਦ ਅਕਾਲ ਤਖ਼ਤ ਸਾਹਿਬ 'ਤੇ ਅਸੀਂ ਪੇਸ਼ ਹੋ ਗਏ, ਔਰ ਜਥੇਦਾਰ ਸਾਹਿਬ ਉਦੋਂ ਬਹੁਤ ਕਹਿੰਦੇ ਅਲਫਾਜ਼ਾਂ ਨਾਲ ਗੱਲ ਕਰ ਰਹੇ ਸੀਗੇ। ਮੇਰੇ ਤਾਂ ਨਾ ਜੀ ਹੁਣ ਵੀ ਮੇਰਾ ਮਨ ਹਿੱਲ ਜਾਂਦਾ ਜਦ ਮੈਂ ਸੋਚਦਾ ਉਸ ਇਵੈਂਟ ਬਾਰੇ। ਉਹਨਾਂ ਨੂੰ ਵਿਚਾਰਿਆਂ ਨੂੰ ਰੱਸੇ ਨਾਲ ਉੱਤੇ ਬੰਨਿਆ ਗਿਆ, ਵੀ ਯਕੀਨ ਮੰਨੋ, ਕਿਉਂਕਿ ਮੈਂ ਉਦੋਂ ਜਵਾਨ ਸੀ, ਜੇ ਮੇਰਾ ਵੈਪਨ ਮੇਰੇ ਕੋਲ ਹੁੰਦਾ ਮੇਰੇ ਤੋਂ ਕੁਛ ਨਾ ਕੁਛ ਗਲਤ ਹੋ ਜਾਣਾ ਸੀ, ਸਾਰਿਆਂ ਨੂੰ ਫੈਕਸ਼ਨ ਉਦੋਂ ਵੀ ਕਈ ਸੀਗੀਆਂ, ਸਾਰੀਆਂ ਇਕੱਠੀਆਂ ਕਰੀਏ ਤੇ ਅਕਾਲੀ ਦਲ ਇੱਕ ਝੰਡੇ ਥੱਲੇ ਆ ਜਾਏ। ਬਰਨਾਲਾ ਸਾਹਿਬ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਮੈਂ ਬਤੌਰੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਭੰਗ ਨਹੀਂ ਕਰ ਸਕਦਾ, ਮੇਰੇ ਕੋਲ ਇਖਤਿਆਰ ਹੈ ਨਹੀਂ, ਇਹ ਇਖਤਿਆਰ ਇਹਦੇ ਡੈਲੀਗੇਟ ਇਜਲਾਸ ਕੋਲ ਹੁੰਦੇ ਨੇ, ਕਿਉਂਕਿ ਉਹ ਆਪ ਵਕੀਲ ਸੀਗੇ, ਉਹ ਕੌਨਸਟੀਟਿਊਸ਼ਨਲੀ ਜਿਹੜੀ ਗੱਲ ਦਰਜ ਹੋਈ 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 ਨਾ ਜੀ, ਉਹ ਖੱਬੇ ਸੱਜੇ ਜਲਦੀ ਹੁੰਦੇ ਨਹੀਂ ਸੀ, ਇਸੇ ਕਰਕੇ ਅੱਜ ਉਹਨਾਂ ਨੂੰ ਸਾਰੇ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਦੇਵਗਨ ਜੀ। ਮੇਰਾ ਵੀ ਇਹੀ ਕਹਿਣ ਦਾ ਮਤਲਬ ਵੀ ਉਹਨੂੰ ਨਿਵਾਣੇ ਸਿੱਖ ਵਜੋਂ ਪੇਸ਼ ਹੋਏ, ਸਜ਼ਾ ਵੀ ਭੁਗਤੀ, ਪਰ ਸੁਖਬੀਰ ਬਾਦਲ ਦਾ ਜਿਹੜੇ ਜਥੇਦਾਰ ਨੇ ਉਹ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਚੱਲ ਰਹੇ ਨੇ। ਮੈਂ ਉੱਥੇ ਆਉਣ ਲੱਗਿਆ ਸੀਗਾ ਉਹਦੇ, ਉਦੋਂ ਬਰਨਾਲਾ ਸਾਹਿਬ ਨੂੰ ਪਾਰਟੀ ਨਾ ਤੋੜਨ ਕਰਕੇ ਫਿਰ ਇਹ ਸਜ਼ਾ ਲਾਈ ਸੀ ਉੱਥੇ। ਤੁਹਾਨੂੰ ਛੋਟੀ ਜਿਹੀ ਮੈਂ ਹਿਸਟੋਰਿਕ ਫੈਕਟਰ ਦੱਸਦਾ, ਉੱਥੇ ਜਿਸ ਦਿਨ ਇਹਨਾਂ ਨੂੰ ਬੰਨ ਲਿਆ ਉੱਥੇ, ਹਾਂਜੀ ਮੈਂ ਬਹੁਤ ਉਸ ਦਿਨ ਮੈਂ ਨਾਲ, ਕਿਉਂਕਿ ਮੈਂ ਉਦੋਂ ਉਹਨਾਂ ਦੀ ਬਰਨਾਲਾ ਸਾਹਿਬ ਦੀ ਸਿਕਿਉਰਿਟੀ ਦੇਖਿਆ ਕਰਦਾ ਸੀ ਜੀ, ਮੇਰੇ ਕੋਲ ਵੈਪਨ ਹੁੰਦਾ ਸੀਗਾ ਅਤੇ ਦਰਬਾਰ ਸਾਹਿਬ ਦੇ ਐਂਟਰ ਹੋਣ ਤੋਂ ਮੈਂ ਤੁਹਾਨੂੰ ਹੁਣ ਇੱਕ ਹਿਸਟੋਰੀਕਲ ਫੈਕਟ ਦੱਸਣ ਲੱਗਿਆ ਜਿਹੜਾ ਕਿ ਹਾਂਜੀ ਮੇਰੇ ਮਨ 'ਤੇ ਬਹੁਤ ਹਜੇ ਵੀ ਇਹ ਖਾਸਾ ਭਾਰ ਲੱਗਾ। ਉਸ ਇੱਕ ਜਗਤ ਨੂੰ ਸਪਸ਼ਟ ਕਰੋ ਜੀ। ਹਾਂ, ਚੰਗੀ ਤਰ੍ਹਾਂ। ਉਸ ਦਿਨ ਜਦ ਅਸੀਂ ਅਕਾਲ ਤਖ਼ਤ ਸਾਹਿਬ 'ਤੇ ਜਾ ਰਹੇ ਸੀ, ਸਾਨੂੰ ਨਹੀਂ ਸੀ ਪਤਾ ਵੀ ਅੰਦਰ ਜਾ ਕੇ ਬੀਂਗ ਸਨ, ਮੈਨੂੰ ਨਹੀਂ ਸੀ ਪਤਾ ਵੀ ਅੰਦਰ ਜਾ ਕੇ ਕੀ ਹੋਊਗਾ ਫੈਸਲਾ, ਕੀ ਨਹੀਂ ਹੋਊਗਾ, ਕਿਉਂਕਿ ਉਹ ਬਹੁਤ ਅਸਲ ਮਹੀਨਿਆਂ 'ਚ ਗੁਰਸਿੱਖ ਬਰਨਾਲਾ ਸਾਹਿਬ ਸੀ। ਮੈਂ ਥੋੜ੍ਹੇ ਸਿੱਖ ਦੇਖੇ ਨੇ, ਜਾਂ ਤਾਂ ਸਰਦਾਰ ਮਨਮੋਹਨ ਸਿੰਘ ਨੂੰ ਕਿਹਾ ਜਾ ਸਕਦਾ, ਜਾਂ ਤੁੜ ਸਾਹਿਬ ਵਰਗਿਆਂ ਨੂੰ ਕਿਹਾ ਜਾ ਸਕਦਾ, ਅਸਲ ਜਾਂ ਤੋੜਾ ਸਾਹਿਬ ਵਰਗਿਆਂ ਨੂੰ, ਜਿਨ੍ਹਾਂ ਨੇ ਸਿੱਖੀ ਨਿਭਾਈ ਹੈ, ਆਪਣੇ ਸਵਾਸਾਂ ਨਾਲ ਨਿਭਾਈ ਹੈ, ਔਰ ਸਰਬੱਤ ਦਾ ਭਲਾ ਭਾਲਦੇ ਸੀ ਇਹ ਸਦਾ ਜੀ, ਇਮਾਨਦਾਰੀ ਨਾਲ, ਦਿਆਨਤਦਾਰੀ ਨਾਲ ਜ਼ਿੰਦਗੀ ਕੱਢੀ ਹੈ। ਉਸ ਦਿਨ ਜਦ ਅਸੀਂ ਗੱਡੀ 'ਚ ਜਾ ਰਹੇ ਸੀ, ਮੈਨੂੰ ਪਿਆਰ ਨਾਲ, ਕਿਉਂਕਿ ਮੈਂ ਪਿੱਛੇ ਨਾਲ ਬੈਠਾ ਸੀ ਜੀ, ਕਹਿੰਦੇ ਗਗਨ ਅੱਜ ਕੱਲ੍ਹ ਵੈਪਨ ਕਿਹੜਾ ਯੂਜ਼ ਕਰਦੇ? ਮੈਂ ਬੜਾ ਖੁਸ਼ ਹੋ ਗਿਆ, ਮੈਂ ਮੇਰੇ ਵੈਪਨ ਬਾਰੇ ਇਹਨਾਂ ਨੇ ਪੁੱਛ ਲਿਆ, ਠੀਕ ਹੈ, ਕਿਉਂਕਿ ਉਹ ਬੋਲਦੇ ਬਹੁਤ ਥੋੜ੍ਹਾ ਹੁੰਦੇ ਸੀਗੇ। ਹਾਂਜੀ ਹਾਂਜੀ, ਮੈਂ ਫੱਟ ਦੇਣੇ ਕੱਢ ਕੇ ਦਿਖਾਤਾ, ਮੈਂ ਜੀ ਮੇਰੇ ਕੋਲ ਆਹ ਵੈਪਨ ਹੁੰਦਾ। ਹਾਂਜੀ, ਉਹਨਾਂ ਨੇ ਹੌਲੀ ਦੇਣੇ ਨਾਲ, ਉਹਨਾਂ ਦਾ ਬਰੀਫ ਕੇਸ ਹੁੰਦਾ ਸੀ, ਉਹਨਾਂ ਨੇ ਬਰੀਫ ਕੇਸ ਖੋਲਿਆ, ਪੋਲਾ ਜਿਹਾ ਵਿੱਚ ਧਰਤਾ ਅਤੇ ਲੌਕ ਕਰਕੇ, ਉਹ ਨੰਬਰਡ ਬਰੀਫ ਕੇਸ ਹੁੰਦਾ, ਲੌਕ ਕਰਤਾ, ਤੁਹਾਡਾ ਮੇਰਾ ਵੈਪਨ ਉਹਨਾਂ ਨੇ ਜ਼ਬਤ ਕਰ ਲਿਆ, ਜ਼ਬਤ ਕਰ ਲਿਆ, ਔਰ ਪਿਆਰ ਨਾਲ ਕੀਤਾ ਵੀ ਮੈਂ ਕੁਛ ਬੋਲ ਵੀ ਨਹੀਂ ਸਕਿਆ। ਮੈਂ ਕਿਹਾ ਜੀ ਆਹ ਕੀ ਕਰੀ ਜਾਂਦੇ ਹੋ? ਮੈਂ ਕਿਹਾ ਜੀ ਅੰਦਰ ਜਾਣਾ ਹੈ ਆਪਾਂ। ਕਹਿੰਦੇ ਨਹੀਂ, ਅੰਦਰ ਨਹੀਂ ਲੋੜ ਹੁੰਦੀ ਇਸ ਚੀਜ਼ ਦੀ। ਮੈਂ ਕਿਹਾ ਜੀ 7 ਵਜੇ ਨੂੰ ਅਸੀਂ, ਇਸ ਤੋਂ ਬਾਅਦ ਅਸੀਂ ਉਹਨਾਂ ਨਾਲ ਬਹਿਸ ਕਰ ਨਹੀਂ ਸੀ ਸਕਦੇ ਜੀ। ਠੀਕ ਹੈ ਜੀ, ਅੰਦਰ ਜਾ ਕੇ ਪਰਿਕਰਮਾ ਕਰਕੇ ਜਦ ਅਕਾਲ ਤਖ਼ਤ ਸਾਹਿਬ 'ਤੇ ਅਸੀਂ ਪੇਸ਼ ਹੋ ਗਏ, ਔਰ ਜਥੇਦਾਰ ਸਾਹਿਬ ਉਦੋਂ ਬਹੁਤ ਕਹਿੰਦੇ ਅਲਫਾਜ਼ਾਂ ਨਾਲ ਗੱਲ ਕਰ ਰਹੇ ਸੀਗੇ, ਔਰ ਮੈਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ ਸੀ। ਮੈਂ ਵੀ ਇਹਨਾਂ ਸਾਰਿਆਂ 'ਚੋਂ ਪੜ੍ਹਿਆ ਲਿਖਿਆ ਇੱਕ ਬੰਦਾ, ਇਹਨਾਂ 'ਚ ਪੜ੍ਹਿਆ ਲਿਖਿਆ ਮੈਂ ਦੇਵਗਨ ਜੀ ਤਾਂ ਕਹਿੰਦਾ, ਦੇਖੋ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੈ ਉਹ ਵੀ ਉਹਨਾਂ ਨੇ ਲਿਖਿਆ,
ਅਨੰਦਪੁਰ ਸਾਹਿਬ ਦਾ ਮਤਾ ਉਹਨਾਂ ਦਾ ਲਿਖਾਇਆ ਲਿਖਿਆ ਹੋਇਆ, ਨਾਲ ਥੋੜਾ ਸਾਹਿਬ ਸੀ, ਨਾਲ ਦੂਜੇ ਬੰਦੇ ਸੀ, ਉਹ ਕਮੇਟੀ ਦੇ ਪ੍ਰਧਾਨ ਸੀਗੇ ਜੀ. ਔਰ ਇੰਟਰਸਟਿੰਗਲੀ ਉਸ ਕਮੇਟੀ 'ਚ ਬਾਦਲ ਸਾਹਿਬ ਨਹੀਂ ਸੀ. ਓਕੇ. ਦੂਜੇ ਸਿਆਣੇ ਬਣੇ, ਮੈਂ ਤੁਹਾਨੂੰ ਪੜ੍ਹ ਕੇ ਦੱਸੂੰਗਾ ਵੀ ਉਹਨਾਂ ਉਸ ਕਮੇਟੀ 'ਚ ਕੌਣ ਕੌਣ ਸੀ. ਦੇਵਗਨ ਜੀ, ਬਰਨਾਲਾ ਸਾਹਿਬ ਵਾਜ਼ ਦਾ ਫਸਟ, ਗੁਰਚਰਨ ਸਿੰਘ ਜੀ ਤੌੜਾ, ਜੀਵਨ ਸਿੰਘ ਉਮਰਾ ਨੰਗਲ, ਗੁਰਮੀਤ ਸਿੰਘ ਹੈਗੇ ਨੇ ਜਗਮੀਤ ਬਰਾੜ ਦੇ ਫਾਦਰ. ਓਕੇ. ਡਾਕਟਰ ਭਗਤ ਸਿੰਘ ਜਿਹੜੇ ਬਾਅਦ 'ਚ ਅੰਮ੍ਰਿਤਸਰ ਯੂਨੀਵਰਸਿਟੀ ਦੇ ਆਪਣੇ GNDU ਦੇ ਵਾਈਸ ਚਾਂਸਲਰ ਰਹੇ, ਸਰਦਾਰ ਬਲਵੰਤ ਸਿੰਘ ਜਿਹੜੇ ਫਾਈਨਾਂਸ ਮਿਨਿਸਟਰ ਸੀਗੇ, ਗਿਆਨ ਸਿੰਘ ਰਾੜੇਵਾਲਾ ਜੀ, ਅਮਰ ਸਿੰਘ ਜੀ ਅੰਬਾਲਵੀ, ਇਹ ਬਹੁਤ ਵਿਦਵਾਨ ਸਿੱਖ ਵਕੀਲ ਹੋਏ ਨੇ ਜੀ, ਪ੍ਰੇਮ ਸਿੰਘ ਜੀ ਲਾਲਪੁਰਾ, ਜਸਵਿੰਦਰ ਸਿੰਘ ਜੀ ਬਰਾੜ, ਇਹ ਬਰਾੜ ਸਾਹਿਬ ਆਪਣੇ ਮਨਤਾਰ ਬਰਾੜ ਜੀ ਦੇ ਫਾਦਰ ਨੇ, ਰਾਈਟ ਸਰ, ਸਰਦਾਰ ਭਾਗ ਸਿੰਘ ਅਤੇ ਮੇਜਰ ਜਨਰਲ ਗੁਰਬਖਸ਼ ਸਿੰਘ ਜੀ. ਇਹਨਾਂ ਦੀਆਂ ਤਕਰੀਬਨ 11 ਮੀਟਿੰਗਾਂ ਹੋਈਆਂ, ਉਸ ਤੋਂ ਬਾਅਦ ਜਾ ਕੇ ਖਟੜਾ ਤਿਆਰ ਹੋਇਆ ਸੀ ਜਿਹਨੂੰ ਅੱਜ ਆਪਾਂ ਅਨੰਦਪੁਰ ਦਾ ਮਤਾ ਕਹਿੰਦੇ ਹਾਂ ਜੀ. ਉਦੋਂ ਬਾਅਦ ਜੇ ਕੋਈ ਲਿਖਤ ਪੜ੍ਹਤ ਹੋਈ ਹੈ ਤਾਂ ਉਹ ਪੰਜਾਬ ਅਕੋਰਡ ਹੋਈ ਹੈ. ਇਹ ਦੋਨੋਂ ਵੈਲਿਡ ਡਾਕੂਮੈਂਟਸ ਜਿਹੜੇ ਪੰਜਾਬ ਸਰਕਾਰ ਕੋਲ ਇਸ ਟਾਈਮ ਪਏ ਨੇ ਜਾਂ ਹਿੰਦੁਸਤਾਨ ਦੀ ਸਰਕਾਰ ਕੋਲ ਪਏ ਨੇ ਜੀ, ਇਹ ਦੋਨੋਂ ਬਰਨਾਲਾ ਸਾਹਿਬ ਦੇ ਲਿਖੇ ਹੋਏ ਨੇ. ਮੇਰਾ ਮਨ ਇੰਨਾ ਔਖਾ ਹੋਇਆ ਵੀ ਮੈਂ ਵੀ ਇੱਕ ਪੜ੍ਹਿਆ ਲਿਖਿਆ ਬੰਦਾ ਇਹਨਾਂ 'ਚ, ਉਹਨੂੰ ਹੀ ਇਹਨਾਂ ਨੇ ਥਾਂਲੇ ਨਾਲ ਬੰਨਿਆ ਪਿਆ ਜੀ. ਔਰ ਜਿਸ ਜੋ ਅਲਫਾਜ਼ ਉਦੋਂ ਅਕਾਲ ਤਖ਼ਤ ਦੇ ਜਥੇਦਾਰ ਬੋਲ ਰਹੇ ਸੀ ਨਾ ਜੀ, ਉਹ ਸੁਣਨ ਦੇ ਲਾਇਕ ਨਹੀਂ ਸੀ, ਇੰਨੇ ਉਹ ਗੁੱਸੇ 'ਚ ਗੱਲ ਕਰ ਰਹੇ. ਬਰਨਾਲਾ ਸਾਹਿਬ ਦੀ ਬਹੁਤ ਵੱਡੀ ਮਹਾਨਤਾ ਸੀ, ਉਹ ਉੱਥੇ ਆਪਣੇ ਸਿਰ ਝੁਕਾ ਕੇ ਗਏ. ਮੇਰੇ ਤੋਂ ਨਾ ਜੀ ਹੁਣ ਵੀ ਮੇਰਾ ਮਨ ਹਿੱਲ ਜਾਂਦਾ ਜਦ ਮੈਂ ਸੋਚਦਾ ਉਸ ਇਵੈਂਟ ਬਾਰੇ. ਉਹਨਾਂ ਨੂੰ ਵਿਚਾਰਿਆਂ ਨੂੰ ਰੱਸੇ ਨਾਲ ਉੱਥੇ ਬੰਨਿਆ ਗਿਆ ਜੀ. ਔਰ ਯਕੀਨ ਮੰਨੋ, ਕਿਉਂਕਿ ਮੈਂ ਉਦੋਂ ਜਵਾਨ ਸੀ, ਜੇ ਮੇਰਾ ਵੈਪਨ ਮੇਰੇ ਕੋਲ ਹੁੰਦਾ ਮੇਰੇ ਤੋਂ ਕੁਛ ਨਾ ਕੁਛ ਗਲਤ ਹੋ ਜਾਣਾ ਸੀ ਉਸ ਦਿਨ. ਹਾਈਪਰ ਹੋ ਜਾਂਦੇ ਤੁਸੀਂ? ਬਿਲਕੁਲ ਹੋ ਜਾਣਾ ਸੀ ਜੀ, ਬਿਕੋਜ਼ ਮੇਰਾ ਉਦੋਂ ਮੇਰੇ ਸਾਰੇ ਵਾਲ ਖੜੇ ਹੋਈ ਜਾਂਦੇ ਨੇ, ਰੋਕਣੇ ਖੜੇ ਹੋ ਜਾਂਦੇ ਨੇ ਸੋਚ ਕੇ ਘਰ ਜੀ. ਉਹਨਾਂ ਨੂੰ ਹੁਕਮ ਹੋ ਗਿਆ ਵੀ ਤੁਸੀਂ ਮੂਲ ਮੰਤਰ ਦਾ ਪਾਠ ਕਰੋ, 5 ਵਾਰੀ ਮੂਲ ਮੰਤਰ ਦਾ ਬੰਨ ਕੇ ਕਰਾਇਆ ਉਹਨਾਂ ਤੋਂ ਜੀ. ਔਰ ਜਿਹਨੇ ਉੱਥੇ ਆਲੇ ਦੁਆਲੇ ਸੰਗਤ ਬੈਠੀ ਸੀ ਉਹਨੂੰ ਵਿੱਚ ਕੁਸਰ ਮੁਸਰ ਸ਼ੁਰੂ ਹੋ ਗਈ ਵੀ ਜੇ ਕੋਈ ਹੋਰ ਜਥੇਦਾਰ ਨੂੰ ਜਾਂ ਹੋਰ ਪ੍ਰਧਾਨ ਨੂੰ ਕਿਸੇ ਨੂੰ ਇਹ ਬੰਨ ਕੇ ਐਂ ਖੜਾ ਕਰ ਦੇਣ, ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਮੂਲ ਮੰਤਰ ਦਾ ਪਾਠ ਹੈ ਕਿਹੜਾ ਜੀ, ਕਿਉਂਕਿ ਉਹ ਪੂਰੀ ਪਹਿਲੀ ਪੌੜੀ ਪੜ੍ਹ ਦਿੰਦੇ ਨੇ. ਮੂਲ ਮੰਤਰ ਦਾ ਪਾਠ ਪੂਰੀ ਪੌੜੀ ਨਹੀਂ ਹੈ, ਪਹਿਲੀ ਪੌੜੀ ਨਹੀਂ ਹੈ, ਨਹੀਂ ਪੂਰੀ ਪੌੜੀ ਨਹੀਂ ਹੈ. ਬਰਨਾਲਾ ਸਾਹਿਬ ਨੇ ਮੂਲ ਮੰਤਰ ਦਾ ਪਾਠ ਕਰਤਾ. ਔਰ ਇਹ ਜਿਹੇ ਹਾਲਾਤ ਸੀ. ਹੁਣ ਮੈਂ ਦੇਖੋ, ਬਰਨਾਲਾ ਸਾਹਿਬ ਦੀ ਕੋਈ ਐਡੀ ਬਲੰਡਰ ਮਿਸਟੇਕ ਨਹੀਂ ਸੀ, ਪਰ ਸੁਖਬੀਰ ਬਾਦਲ ਨੇ ਬੜੀਆਂ ਬਲੰਡਰ ਮਿਸਟੇਕਸ ਕੀਤੀਆਂ ਨੇ ਜੀ. ਅਤੇ ਤੁਸੀਂ ਫਿਰ ਸੁਖਬੀਰ ਬਾਦਲ ਬਾਰੇ ਕਿਹੋ ਜਿਹੀ ਸਜ਼ਾ ਦੀ ਮੰਗ ਕਰਦੇ ਹੋ? ਮੈਂ ਇਮੋਸ਼ਨਲ ਹੋ ਗਿਆ ਸੀ, ਮੈਂ ਪਹਿਲੀ ਗੱਲ ਪੂਰੀ ਕਰ ਲਾਂ. ਉਸ ਤੋਂ ਬਾਅਦ ਉਹਨਾਂ ਦੇ ਗਲ 'ਚ ਤਖਤੀ ਲਾ ਤੀ. ਅੱਛਾ. ਬਰਨਾਲਾ ਸਾਹਿਬ ਦੇ, ਬਰਨਾਲਾ ਸਾਹਿਬ ਦੇ ਸਿਆਲ ਦੇ ਦਿਨ ਸੀ, ਦਸੰਬਰ ਦੇ ਦਿਨ ਸੀ, ਸ਼ੋਰ ਲਈ ਵੀ ਸੀ ਸ਼ੋਰ ਦੇ ਉੱਤੋਂ ਦੀ ਉਹਨਾਂ ਦੇ ਮੈਂ ਪਾਪੀ ਤੁਮ ਬਖਸ਼ਣਹਾਰ ਜੀ ਕਾਲੀ ਫੱਟੀ ਸੀਗੀ ਅਤੇ ਥੋੜ੍ਹੇ 20 ਮਿੰਟਾਂ 'ਚ ਸਾਰਾ ਇਹ ਸਾਰਾ ਸਿਲਸਿਲਾ ਖਤਮ ਹੋ ਗਿਆ. ਫਿਰ ਅਸੀਂ ਪਰਿਕਰਮਾ ਕਰਨ ਲੱਗ ਗਏ. ਪਰਿਕਰਮਾ ਕਰ ਰਹੇ ਸੀ, ਉਹ ਫੱਟੀ ਬਾਹਰ ਸੀ. ਮੈਂ ਬਹੁਤ ਇਮੋਸ਼ਨਲੀ ਬਹੁਤ ਆਈ ਵਾਜ਼ ਵੈਰੀ ਅਪਸੈਟ ਅਬਾਊਟ ਦ ਇੰਟਾਇਰ ਐਪੀਸੋਡ, ਰਾਈਟ ਸਰ, ਕਿਉਂਕਿ ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀ ਉਦੋਂ. ਦੇਵਗਨ ਜੀ, ਅਸੀਂ ਜਵਾਨੀ ਜਿਹੀ ਉਦੋਂ ਮੈਂ ਲੋਂਗ ਗ੍ਰੈਜੂਏਟ ਜਾਂ ਸਿੱਖ ਨਿਕਲਿਆ ਹੋਇਆ ਸੀਗਾ, ਸਟੂਡੈਂਟ ਜੇ ਸੀਗੇ ਅਸੀਂ, ਮੈਨੂੰ ਇਹ ਲੱਗਦਾ ਸੀ ਵੀ ਇਹ ਧੱਕਾ ਕਰ ਰਹੇ ਨੇ ਸਾਹਿਬ ਨਾਲ, ਵੀ ਸ਼ਰੀਫ ਬੰਦੇ ਨਾਲ, ਇੱਕ ਸੰਤ ਆਦਮੀ ਨਾਲ ਇਹ ਧੱਕਾ ਕਰ ਰਹੇ ਨੇ. ਤੁਸੀਂ ਭਾਵੁਕ ਹੋ ਗਏ ਹੈ ਨਾ, ਤੁਹਾਡੇ ਫਾਦਰ ਸੀਗੇ ਜਾਂ ਸਜ਼ਾ ਬਲੰਡਰ ਮਿਸਟੇਕ ਵੀ ਨਹੀਂ ਸੀ,
ਅਤੇ ਕੋਈ ਐਡੀ ਗਲਤੀ ਵੀ ਨਹੀਂ ਸੀ। ਪਰ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਕਹਿੰਦੇ ਘੋੜਿਆਂ ਦੀ ਸਜ਼ਾ, ਛਾਂਟਿਆਂ ਦੀ ਸਜ਼ਾ ਲਗਾ ਦਿੱਤੀ ਗਈ ਸੀ, ਉਹਨਾਂ ਨੂੰ ਆਪਣੇ ਪਿੱਠ ਨੰਗੀ ਕਰਕੇ ਬਿਠਾ ਲਿਆ ਗਿਆ ਸੀਗਾ। ਉਹਨਾਂ ਦੇ ਗੁਨਾਹ ਉਹ ਜਿਹੇ ਸੀ, ਉਹਨਾਂ ਨੇ ਉੱਥੇ ਮੁਜਰਾ ਕਰਾਇਆ ਸੀ। ਅੱਛਾ। ਹਾਂ, ਔਰ ਉਹ ਫਿਰ ਗੁਨਾਹ ਵੱਡੇ ਸੀ, ਇਸੇ ਕਰਕੇ ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਤਲਬ ਕਰ ਲਿਆ ਸੀਗਾ, ਸੋ ਮੋਟੋ ਲੈ ਲਿਆ ਸੀ ਉਸ ਗੱਲ ਦਾ, ਕਿਸੇ ਨੇ ਸ਼ਿਕਾਇਤ, ਕਿਉਂਕਿ ਮਹਾਰਾਜੇ ਦੀ ਕੌਣ ਸ਼ਿਕਾਇਤ ਕਰੂਗਾ। ਹਾਂਜੀ। ਉਹਨਾਂ ਨੂੰ ਫਿਰ ਜਦ ਉਹਨਾਂ ਨੇ ਹਲੀਮੀ ਨਾਲ ਆਪਣੇ ਕੁੜਤੇ ਲਾ ਕੇ ਖੜ ਕੇ, ਫਿਰ ਸਾਰੀ ਸੰਗਤ ਕਹਿਣ ਲੱਗ ਗਈ ਵੀ ਮਹਾਰਾਜਾ ਹੈ ਵੀ ਜੇ ਇੰਨੀ ਹਲੀਮੀ ਦਿਖਾ ਰਿਹਾ, ਫਿਰ ਹੁਣ ਜਥੇਦਾਰ ਜੀ ਤੋਂ ਤੁਸੀਂ ਵੀ ਹਲੀਮੀ ਦਿਖਾਓ। ਫਿਰ ਉਹਨਾਂ ਨੇ ਉਹ ਮਾਫ਼ ਕਰਤੀ ਸੀਗੀ। ਯਾਰ ਮੈਂ ਜਿਹੜੀ ਬਰਨਾਲਾ ਸਾਹਿਬ ਦੀ ਗੱਲ ਸੁਣਾ ਰਿਹਾ ਸੀ ਤੁਹਾਨੂੰ, ਹਾਂਜੀ ਹਾਂਜੀ, ਉਹ ਤਖ਼ਤੀ ਜਿਹੜੀ ਮੂਹਰੇ ਆਈ ਹੋਈ ਸੀ, ਮੈਂ ਚੱਕ ਕੇ ਸ਼ੋਲ ਉੱਤੋਂ ਦੀ ਕਰਤੀ, ਮੈਨੂੰ ਸੀ ਵੀ ਸੰਗਤ ਨੂੰ ਨਾ ਦੇਖੇ, ਤਖ਼ਤੀ ਲੁਕੋਤੀ ਤੁਸੀਂ, ਮੈਂ ਸ਼ਾਲ ਦੇਖੀ। ਹਾਂ, ਮੈਂ ਭਾਵਕ ਹੋ ਗਏ, ਮੈਂ ਭਾਵਕ ਸੀਗਾ ਜੀ, ਮੈਂ ਆਈ ਵਾਸ ਵੈਰੀ ਅਪਸੈਟ ਅਬਾਊਟ ਦ ਇੰਟਾਇਰ ਐਪੀਸੋਡ ਜੀ। ਮੈਂ ਸ਼ੋਲ ਉੱਤੋਂ ਦੀ ਕਰਤੀ, ਉਹਨਾਂ ਨੇ ਇੱਕ ਅੱਧਾ ਸਕਿੰਟ ਦੇਖਿਆ, ਉਹਨਾਂ ਨੇ ਫਿਰ ਐਂ ਜੇ ਟੇਢਾ ਜਿਹਾ ਕਰਕੇ ਫੱਟੀ ਫੇਰ ਬਾਹਰ ਕੱਢ ਲਈ ਜੀ। ਉਹ ਸੰਤ ਆਦਮੀ ਸੀ ਬਰਨਾਲਾ ਸਾਹਿਬ, ਨੋਟ ਦੈਟ ਹੀ ਵਾਜ਼ ਮਾਈ ਫਾਦਰ, ਪਰ ਅਸੀਂ ਬਹੁਤ, ਮੈਂ ਲੰਬਾ ਸਮਾਂ 19 ਸਾਲ ਤੱਕ ਮੈਂ ਉਹਨਾਂ ਦਾ ਸਿਕਿਉਰਿਟੀ ਅਫਸਰ ਹੀ ਰਿਹਾ ਸੀ ਜੀ। ਉਹ ਜਿਹੇ ਬੰਦੇ ਨਹੀਂ ਲੱਭਣੇ ਦੇਵਗਨ ਜੀ, ਹੁਣ ਆਪਾਂ ਨੂੰ ਉਹ ਜਿਹੇ ਉਹ ਸੇਵਾਵਾਂ ਕਰਕੇ ਚਲੇ ਗਏ। ਔਰ ਉਹਨਾਂ ਨੂੰ ਕੋਈ ਇਹ ਨਹੀਂ, ਦੇਖੋ ਉਹਨਾਂ ਦਾ ਜ਼ੁਲਮ ਕੀ, ਉਹਨਾਂ ਦਾ ਵਟ ਵਾਜ਼ ਹਿਜ਼ ਕ੍ਰਾਈਮ, ਵੀ ਪਾਰਟੀ ਨਹੀਂ ਸੀ ਤੋੜੀ, ਪਾਰਟੀ ਉਹ ਤੋੜ ਸਕਦੇ ਨਹੀਂ ਸੀ ਜੀ, ਹੀ ਕੁਡ ਨਾਟ ਹੈਵ ਡਨ ਦੈਟ। ਇਹ 1187 ਦੀ ਗੱਲ ਹੈ ਜੀ, ਇਹਨਾਂ ਨੂੰ 11ਵੇਂ ਮਹੀਨੇ 1987 ਦੀ ਇਹਨਾਂ ਇਹ 9 ਫਰਵਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ, ਦ ਹਾਈ ਪ੍ਰੀਸਟ ਡਿਕਲੇਅਰ CM SS ਬਰਨਾਲਾ ਐਜ਼ ਤਨਖਾਹੀ ਹੈ ਐਂਡ ਆਸਕਡ ਹਿਮ ਟੂ ਅਪੀਅਰ ਬਿਫੋਰ ਦ ਤਖ਼ਤ ਔਨ ਫਰਵਰੀ 11 ਜੀ 87 ਜੀ, ਐਕਸਪਲੇਨ ਵਾਈ ਹੀ ਡਿਸਓਵੇਡ ਦ ਡਾਇਰੈਕਸ਼ਨਸ ਗਿਵਨ ਔਨ ਫਰਵਰੀ 6। ਫਰਵਰੀ 6 ਨੂੰ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਸੀ ਟੂ ਡਿਜ਼ੋਲਵ ਹਿਜ਼ ਅਕਾਲੀ ਦਲ। ਓਕੇ। 11 ਫਰਵਰੀ ਨੂੰ ਉਹਨਾਂ ਨੂੰ ਐਕਸਕਮਿਊਨੀਕੇਟ ਕਰਤਾ ਜੀ। ਉਦੋਂ ਬਾਅਦ ਦੇਵਗਨ ਜੀ ਇਹ 87 ਚ ਚਲੇ, ਇਹ 85 ਚਲੀ ਗਈ ਇਹ ਗੱਲ, 85 ਟੂ, ਅੱਛਾ ਇਹ ਚਲੀ ਗਈ ਗੱਲ, ਹਾਂ ਇਹ 5 ਦਸੰਬਰ 1988 ਜੀ, ਸਿੱਖ ਪ੍ਰੀਸਟ ਟਾਇਡ ਬਰਨਾਲਾ ਫੋਰਮਰ CM ਪੰਜਾਬ, ਇਹ ਉਦੋਂ ਸਾਬਕਾ ਚੀਫ ਮਿਨਿਸਟਰ ਸੀ, 88 ਦੀ ਗੱਲ ਹੈ ਜੀ। 88 ਚ ਉਦੋਂ ਬਲੈਕ ਥੰਡਰ ਹੋ ਚੁੱਕਿਆ ਸੀਗਾ ਜੀ, ਬਲੈਕ ਥੰਡਰ ਤੋਂ ਬਾਅਦ ਦੀ ਗੱਲ ਹੈ ਜਦ ਇਹਨਾਂ ਨੂੰ ਫਿਰ ਮਾਫ਼ੀ ਦਿੱਤੀ ਗਈ ਹੈ ਜੀ। ਔਰ ਮਾਫ਼ੀ ਵੀ ਇਸ ਕਰਕੇ ਦਿੱਤੀ ਗਈ ਵੀ ਕਿਉਂਕਿ ਨਵਾਣੇ ਸਿੱਖ ਤਾਂ ਸੀਗੇ ਹੀ ਸੀ ਬਿਲਕੁਲ। ਔਰ ਇਹ ਇੱਕ ਗੱਲ ਜੋੜੀ ਜਾਂਦੀ ਹੈ ਦੇਵਗਨ ਜੀ ਵੀ ਕਈ ਗੱਲਾਂ ਨੂੰ ਸਾਡੇ ਸਰੋਤਿਆਂ ਨੂੰ ਇਹ ਲੱਗਦਾ ਵੀ ਬਰਨਾਲਾ ਸਾਹਿਬ ਨੂੰ ਸਜ਼ਾ ਇਸ ਕਰਕੇ ਲਾਈ ਸੀ ਵੀ ਉਹਨਾਂ ਨੇ ਪੁਲਿਸ ਭੇਜੀ ਸੀ ਦਰਬਾਰ ਸਾਹਿਬ। ਇਹ ਵੀ ਕਹਿੰਦੇ ਵੀ ਜਿਹੜੀ ਬਲੈਕ ਥੰਡਰ ਹੈ ਬਰਨਾਲਾ ਸਾਹਿਬ ਨੇ, ਇਹ ਵੀ ਦੋਸ਼ ਲੱਗਦਾ ਵੀ ਬਲੈਕ ਥੰਡਰ ਬਰਨਾਲਾ ਸਾਹਿਬ ਨੇ ਕਰਾਇਆ ਸੀ, ਇਹਦੇ ਬਾਰੇ ਵੀ ਸਪਸ਼ਟ ਕਰੋ। ਇਹ ਬਿਲਕੁਲ ਹੀ ਗਲਤ ਹੈ ਗੱਲ। ਹਾਂਜੀ, ਇਹਦਾ ਮੈਂ ਤੁਹਾਨੂੰ ਫੈਕਟਸ ਹੀ ਦੱਸਦਾ, ਥੋੜ੍ਹਾ ਮੈਨੂੰ ਲੈਣ ਦਿਓ, ਕੋਈ ਗੱਲ ਨਹੀਂ। ਇਹਦੇ 'ਚ ਫੈਕਟਸ ਇਹ ਨੇ, ਇਹ ਸਾਰਾ ਕੁਛ ਗੂਗਲ 'ਤੇ ਹੈ, ਜੇ ਮਾੜਾ ਜਿਹਾ ਕੋਈ ਰਿਸਰਚ ਕਰੂਗਾ ਨਾ ਜੀ, ਸਾਰੀ ਗੱਲ ਨਿਕਲ ਆਉਣੀ ਹੈ ਬਾਹਰ ਜੀ। ਇਹ 30 ਅਪ੍ਰੈਲ ਦੀ ਗੱਲ ਹੈ ਜੀ,
ਜਦ ਪੁਲਿਸ ਅੰਦਰ ਜਾਂਦੀ ਹੈ ਜੀ, ਔਰ ਪੁਲਿਸ ਅੰਦਰ ਕਿਉਂ ਜਾਂਦੀ ਹੈ? ਇਹ ਤਾਂ ਜਾਂਦੀ ਹੈ ਕਿਉਂਕਿ ਉਦੋਂ ਦਮਦਮੀ ਟਕਸਾਲ ਨੇ ਅਤੇ ਫੈਡਰੇਸ਼ਨ ਨੇ ਉੱਥੋਂ ਖਾਲਿਸਤਾਨ ਦੀ ਸਰਕਾਰ ਦਾ ਐਲਾਨ ਕਰਤਾ। ਅੱਛਾ ਜੀ। ਉਹਨਾਂ ਨੇ 29 April 1986 'ਚ ਪੰਥਕ ਕਮੇਟੀ ਪ੍ਰੋਕਲੇਮਸ ਦ ਇੰਡੀਪੈਂਡੈਂਸ ਆਫ ਖਾਲਿਸਤਾਨ ਫਰੋਮ ਗੋਲਡਨ ਟੈਂਪਲ ਕੰਪਲੈਕਸ ਐਂਡ ਅਰਜਿਸ ਅਦਰ ਨੇਸ਼ਨਸ, ਜਿਹੜੇ ਬਾਹਰਲੇ ਨੇਸ਼ਨਸ ਨੇ ਸਟੇਟਸ, ਟੂ ਰੈਕੋਗਨਾਈਜ਼ ਜੀ ਦੇਅਰ ਗਵਰਨਮੈਂਟ ਜੀ, ਗਵਰਨਮੈਂਟ ਆਫ ਖਾਲਿਸਤਾਨ ਜੀ। ਦੇ ਆਲਸੋ ਆਸਕਡ ਸਿੱਖਸ ਲਿਵਿੰਗ ਅਬਰੋਡ ਟੂ ਮਾਈਗ੍ਰੇਟ ਟੂ ਖਾਲਿਸਤਾਨ। ਓਕੇ।